ਅੱਜ ਦੀ ਅੰਜੀਲ ਦੀ ਆਖਰੀ ਵਚਨ ਮੱਤੀ 5:48 ਹੈ। ਇਹ ਵਚਨ ਸਾਨੂੰ ਲਗਾਤਾਰ ਵਿਕਾਸ ਲਈ ਕੋਸ਼ਿਸ਼ ਕਰਕੇ ਸੰਪੂਰਨਤਾ ਦਾ ਪਿੱਛਾ ਕਰਨ ਲਈ ਚੁਣੌਤੀ ਦਿੰਦੀ ਹੈ। ਰਿਸ਼ਤੇ ਉਦੋਂ ਵਧਦੇ ਫੁੱਲਦੇ ਹਨ ਜਦੋਂ ਉਹ ਪਿਆਰ, ਧੀਰਜ, ਦਇਆਲਤਾ ਅਤੇ ਸਮਝ ਪੈਦਾ ਕਰਦੇ ਹਨ ਜੋ ਖੁਦਾ ਦੇ ਸੰਪੂਰਨ ਸੁਭਾਅ ਨੂੰ ਦਰਸਾਉਂਦੇ ਹਨ। ਅਸੀਂ ਮੇਲ ਮਿਲਾਪ ਦੁਆਰਾ ਦੂਜਿਆਂ ਨਾਲ ਡੂੰਘੇ ਰਿਸ਼ਤੇ ਵਿਕਸਿਤ ਕਰਨ ਲਈ ਕੋਸ਼ਿਸ਼ ਕਰਨਾ ਹੈ। ਮੇਰੇ ਪ੍ਰਭੂ ਯਿਸੂ, ਮੈਨੂੰ ਸਿਖਾਓ ਕਿ ਸੰਪੂਰਨਤਾ ਵਿੱਚ ਵਧਣਾ, ਆਪਣਿਆਂ ਰਿਸ਼ਤਿਆਂ ਵਿੱਚ ਸਾਡੀਆਂ ਗਲਤੀਆਂ ਤੋਂ ਸਿੱਖਣਾ ਅਤੇ ਨਿਮਰਤਾ ਨਾਲ ਬਿਹਤਰ ਸਾਥੀ, ਦੋਸਤਾਂ ਅਤੇ ਪਰਿਵਾਰਕ ਮੈਂਬਰ ਬਣਨ ਦੀ ਕੋਸ਼ਿਸ਼ ਕਰਨਾ ਹੈ। ਇਹ ਪ੍ਰਭੂ, ਅੱਜ ਮੈਨੂੰ ਮੇਰੇ ਰੋਜ਼ਾਨਾ ਜੀਵਨ ਵਿੱਚ ਪੂਰੀ ਤਰ੍ਹਾਂ ਖੁਦਾ ਦੇ ਪਿਆਰ, ਦਇਆ ਅਤੇ ਨਿਆਂ ਨੂੰ ਦਰਸਾਉਂਦੀ ਹੋਈ ਜੀਵਨ ਦੀ ਕਿਰਪਾ ਪ੍ਰਦਾਨ ਕਰ। ਬਾਪ ਅਤੇ ਬੇਟੇ ਅਤੇ ਰੂਹ ਪਾਕ ਦੇ ਨਾਮ ਉੱਤੇ ਆਮੀਨ।